ਰਹੇ ਸੀਗੇ ਆਟੋ 'ਤੇ, ਅਤੇ ਇੱਥੇ ਅਸੀਂ ਤੁੜੀਆਂ ਆਉਣੀਆਂ ਆਪਦੇ ਧਿਆਨ, ਅਤੇ ਇਹ ਬੰਦਾ ਮੋਟਰਸਾਈਕਲ 'ਤੇ ਦੋ ਜਣੇ ਸੀ, ਅਤੇ ਇਹਨੇ ਉੱਤੋਂ ਦੀ ਹੱਥ ਪਾਇਆ ਮੈਨੂੰ, ਆਏ ਅਸੀਂ ਜਿਵੇਂ ਆਏ ਆਏ ਆਉਣੀ ਆ, ਵੀ ਲਓ ਹਿਸਾਬ ਲਓ ਕਿਵੇਂ ਬਾਂਹ ਫੜੀ ਆ, ਪਤਾ ਨਹੀਂ ਵੀ ਸਾਨੂੰ ਹੱਥ ਪਾਇਆ ਏ ਕਰਕੇ ਮੂਰਤੀ ਆਏ, ਜਾਂ ਪੈਸਿਆਂ ਨੂੰ ਜਾਂ ਪੈਸਿਆਂ ਨੂੰ ਪਾਇਆ ਜਾਂ ਵਾਲੀਆਂ ਨੂੰ ਪਾਇਆ, ਇਹ ਸਾਨੂੰ ਨਹੀਂ ਪਤਾ ਕੁਛ ਵੀ, ਦੋ ਜਣੇ ਸੀ, ਇੱਕ ਦਾ ਮੋਟਰਸਾਈਕਲ ਸਟਾਰਟ ਹੀ ਸੀਗਾ, ਭੱਜ ਗਿਆ। ਹਾਂਜੀ, ਮੈਂ ਤਾਂ ਇੱਧਰ ਆਇਆ ਨਹੀਂ ਸੀ, ਮੇਰੇ ਨਾਲ ਦਾ ਬੰਦਾ ਲੈ ਕੇ ਆਇਆ, ਅਤੇ ਮੈਂ ਤਾਂ ਉੱਧਰ ਜਾਣਾ ਸੀਗਾ ਬੁੱਕਣ ਵਾਲੇ ਰਾਹ 'ਤੇ, ਰਿਸ਼ਤੇਦਾਰ ਨੂੰ ਆਇਆ ਉਹ ਲੈ ਕੇ ਆਇਆ, ਮੈਂ ਤਾਂ ਪਤਾ ਹੀ ਨਹੀਂ ਸੀਗਾ ਵੀ ਇੱਥੇ, ਨਾ ਮੈਂ ਕੁਛ ਨਹੀਂ ਖੋਇਆ। ਕੀ ਕੀਤਾ ਫਿਰ ਤੁਸੀਂ? ਹੱਥ ਜ਼ਰੂਰ ਲੱਗ ਗਿਆ ਅਤੇ ਖੋਇਆ ਕੁਛ ਨਹੀਂ ਗਿਆ, ਉਹਨੇ ਦੂਜੇ ਬੰਦੇ ਨੇ ਖੋਣ ਦੀ ਨਾ, ਵਾਲੀਆਂ ਹੈ ਨਹੀਂ ਹੁਣ, ਤੁਸੀਂ ਕੋਲੇ ਖੜੇ ਸੇਵਾ ਕਰਨ ਆਉਂਦੀਆਂ, ਸਵੇਰੇ ਰੋਟੀ ਬਣਾਉਂਦੀਆਂ ਸੀਤਾ ਮਾਤਾ ਰਸੋਈ ਤੇ, ਇਹ ਆ ਰਹੀਆਂ ਸੀ, ਇਹ ਈ ਰਿਕਸ਼ੇ ਤੇ ਉਤਰੀਆਂ ਤੇ ਅੱਗੋਂ ਗਲੀ ਦੇ ਵਿੱਚੋਂ ਦੋ ਮੁੰਡੇ ਇਹ ਪੈ ਨਿਕਲੇ, ਮੰਦਰਲੇ ਪਾਸੇ ਨੂੰ ਜਾਂਦੇ ਪਏ ਸੀ, ਇੱਕ ਇਹਨਾਂ ਮੋਟਰਸਾਈਕਲ ਸਟਾਰਟ ਤੇ ਸੀਗਾ ਤੇ ਮਗਰ ਪੈਦਲ ਸੀਗਾ, ਇਹਨਾਂ ਨੇ ਫੜ ਲਿਆ ਉਹਨੂੰ, ਜਨਾਨੀ ਨੂੰ ਹੱਥ ਪਾਇਆ ਤੇ ਉਹ ਫਿਰ ਉਹਨਾਂ ਰੋਲਾ ਪਾਤਾ, ਉਹਨਾਂ ਨੇ ਫੜ ਵੀ ਲਿਆ ਬੰਦੇ ਨੂੰ, ਮੋਟਰਸਾਈਕਲ ਭੱਜ ਗਿਆ, ਇੱਕ ਇਹਨਾਂ ਫੜਿਆ ਗਿਆ, ਉਹ ਫੜ ਕੇ ਉਹਨੂੰ ਇੱਥੇ ਰੱਖਿਆ ਹੋਇਆ ਆਪਣੇ ਕੋਲੇ, ਤੇ ਪੁਲਿਸ ਨੂੰ ਸਲਾਹ ਦਿੱਤੀ ਹੋਈ ਆ, ਅੱਗੇ ਵੀ ਇੱਥੇ ਤਾਂ ਬਹੁਤ ਗੰਦ ਪਿਆ ਹੋਇਆ, ਲੋਕੀ ਆਉਂਦੇ ਜਾਂਦੇ ਇਹੋ ਜਿਹੇ ਮੁੰਡੇ ਮੁੰਡੇ ਕੁੜੀਆਂ ਜੀ, ਤੇ ਇਸ ਕਰਕੇ ਕੋਈ ਪ੍ਰਸ਼ਾਸਨ ਧਿਆਨ ਦੇਵੇ ਤੇ ਇੱਥੋਂ। ਸਾਨੂੰ ਸਰ ਇਹ 112 ਦੀ ਕਾਲ ਆਈ ਸੀ ਜੀ, 112 ਹੈ ਵੀ ਆ ਅਯੁੱਧਿਆ ਮੰਦਰ ਦੇ ਵਿੱਚ ਜਿਹੜਾ ਹੈਗਾ ਰਾਮ ਮੰਦਰ ਵੀ ਕਹਿੰਦੇ ਮੇਰਾ ਖਰਾ ਜੀ, ਤੇ ਵੀ ਆਹ ਚੋਰ ਫੜਿਆ ਜੀ, ਤੇ ਕਾਲ ਆਉਣ 'ਤੇ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ ਜੀ, ਮੌਕੇ 'ਤੇ ਪਹੁੰਚ ਕੇ ਅਸੀਂ ਇਹਨੂੰ ਹੁਣ ਥਾਣੇ ਪਹੁੰਚਾ ਦਾਂਗੇ। ਆਉਣ ਵਾਲਿਆਂ ਨੇ ਆਹ ਲੇਡੀਜ਼ ਖੜੀਆਂ ਦੋ ਜੀ, ਹਾਂਜੀ, ਇਹ ਕਹਿੰਦੇ ਆ ਵੀ ਸਾਡੇ ਜਿਹੜੇ ਹੈਗੇ ਇਹ ਸਿਰ 'ਤੇ ਕਿਤਰਾ ਲਏ, ਤਾਂ ਹੀ ਉਹਨਾਂ ਨੂੰ ਇਹ ਹੈਗਾ ਬਈ ਕਿੰਨੀ ਲਾਹ ਕੇ ਅਤੇ ਸਾਡੇ ਗੱਲ ਨੂੰ ਪੈ ਗਿਆ, ਉਹਨੇ ਇੱਕ ਨਾਲ ਖੁਸ਼ੀ ਹੋਈ ਇਹਦਾ ਭੱਜ ਗਿਆ। ਸੀਗੇ ਆਟੋ 'ਤੇ, ਅਤੇ ਇੱਥੇ ਅਸੀਂ ਤੁੜੀਆਂ ਆਉਣੀਆਂ ਆਪਦੇ ਧਿਆਨ, ਅਤੇ ਇਹ ਬੰਦਾ ਮੋਟਰਸਾਈਕਲ 'ਤੇ ਦੋ ਜਣੇ ਸੀ, ਅਤੇ ਇਹਨੇ ਉੱਤੋਂ ਦੀ ਹੱਥ ਪਾਇਆ ਮੈਨੂੰ, ਆਏ ਅਸੀਂ ਜਿਵੇਂ ਆਏ ਆਏ ਆਉਣੀ ਆ, ਵੀ ਲਓ ਹਿਸਾਬ ਲਓ ਕਿਵੇਂ ਬਾਂਹ ਫੜੀ ਆ, ਪਤਾ ਨਹੀਂ ਵੀ ਸਾਨੂੰ ਹੱਥ ਪਾਇਆ ਏ ਕਰਕੇ ਮੂਰਤੀ ਆਏ, ਜਾਂ ਪੈਸਿਆਂ ਨੂੰ ਜਾਂ ਪੈਸਿਆਂ ਨੂੰ ਪਾਇਆ ਜਾਂ ਵਾਲੀਆਂ ਨੂੰ ਪਾਇਆ, ਇਹ ਸਾਨੂੰ ਨਹੀਂ ਪਤਾ ਕੁਛ ਵੀ, ਦੋ ਜਣੇ ਸੀ, ਇੱਕ ਦਾ ਮੋਟਰਸਾਈਕਲ ਸਟਾਰਟ ਹੀ ਸੀਗਾ, ਭੱਜ ਗਿਆ। ਹਾਂਜੀ, ਮੈਂ ਤਾਂ ਇੱਧਰ ਆਇਆ ਨਹੀਂ ਸੀ, ਮੇਰੇ ਨਾਲ ਦਾ ਬੰਦਾ ਲੈ ਕੇ ਆਇਆ, ਅਤੇ ਮੈਂ ਤਾਂ ਉੱਧਰ ਜਾਣਾ ਸੀਗਾ ਬੁੱਕਣ ਵਾਲੇ ਰਾਹ 'ਤੇ, ਰਿਸ਼ਤੇਦਾਰ ਨੂੰ ਆਇਆ ਉਹ ਲੈ ਕੇ ਆਇਆ, ਮੈਂ ਤਾਂ ਪਤਾ ਹੀ ਨਹੀਂ ਸੀਗਾ ਵੀ ਇੱਥੇ, ਨਾ ਮੈਂ ਕੁਛ ਨਹੀਂ ਖੋਇਆ। ਕੀ ਕੀਤਾ ਫਿਰ ਤੁਸੀਂ? ਹੱਥ ਜ਼ਰੂਰ ਲੱਗ ਗਿਆ ਅਤੇ ਖੋਇਆ ਕੁਛ ਨਹੀਂ ਗਿਆ, ਉਹਨੇ ਦੂਜੇ ਬੰਦੇ ਨੇ ਖੋਣ ਦੀ ਨਾ, ਵਾਲੀਆਂ ਹੈ ਨਹੀਂ ਹੁਣ, ਤੁਸੀਂ ਕੋਲੇ ਖੜੇ ਹੁਣ, ਤੁਸੀਂ ਕੋਲੇ ਖੜੇ ਦੂਜਾ ਬੰਦਾ ਕਿੱਥੇ? ਉਹ ਮੇਰੇ ਪਿੰਡ ਆ, ਮੈਂ ਤਾਂ ਅੱਜ ਹੀ ਆਇਆ, ਅੱਜ ਹੀ ਫੜਿਆ ਗਿਆ, ਤਾਂ ਅੱਜ ਹੀ ਫੜਨਾ ਸੀ, ਭਲੇ ਮਰਦ ਤਾਂ ਫੜੇ ਹੀ ਜਾਂਦੇ। ਖਾਧਾ ਕੀ ਇੱਧਰ? ਪੈਗ ਜ਼ਰੂਰ ਲਾਇਆ ਵਾ। ਇਹ ਆਪਣੇ ਅਯੁੱਧਿਆ ਧਾਮ ਸ਼੍ਰੀ ਰਾਮ ਮੰਦਰ, ਲੇਡੀ ਦੋਨੋਂ ਇੱਕ ਸੇਵਾ ਕਰਨ ਆਉਂਦੀਆਂ, ਸਵੇਰੇ ਰੋਟੀ ਬਣਾਉਂਦੀਆਂ ਸੀਤਾ ਮਾਤਾ ਰਸੋਈ 'ਤੇ, ਇਹ ਆ ਰਹੀਆਂ ਸੀ, ਇਹ ਈ ਰਿਕਸ਼ੇ 'ਤੇ ਉਤਰੀਆਂ ਅਤੇ ਅੱਗੋਂ ਗਲੀ ਦੇ ਵਿੱਚੋਂ ਦੋ ਮੁੰਡੇ ਇਹ ਪੈ ਨਿਕਲੇ, ਮੰਦਰਲੇ ਪਾਸੇ ਨੂੰ ਜਾਂਦੇ ਪਏ ਸੀ, ਅਤੇ ਇੱਕ ਇਹਨਾਂ ਮੋਟਰਸਾਈਕਲ ਸਟਾਰਟ 'ਤੇ ਸੀਗਾ ਅਤੇ ਇਹ ਮਗਰ ਪੈਦਲ ਸੀਗਾ, ਇਹਨਾਂ ਨੇ ਫੜ ਲਿਆ ਉਹਨੂੰ, ਜਨਾਨੀ ਨੂੰ ਹੱਥ ਪਾਇਆ ਅਤੇ ਉਹ ਫਿਰ ਉਹਨਾਂ ਰੋਲਾ ਪਾਤਾ, ਉਹਨਾਂ ਨੇ ਫੜ ਵੀ ਲਿਆ ਬੰਦੇ ਨੂੰ, ਮੋਟਰਸਾਈਕਲ ਭੱਜ ਗਿਆ,
ਇੱਕ ਜਣਾ ਫੜਿਆ ਗਿਆ, ਫੜ ਕੇ ਉਹਨੂੰ ਇੱਥੇ ਰੱਖਿਆ ਹੋਇਆ ਆਪਣੇ ਕੋਲੇ, ਤੇ ਪੁਲਿਸ ਨੂੰ ਸਲਾਹ ਦਿੱਤੀ ਹੋਈ ਆ। ਅੱਗੇ ਵੀ ਇੱਥੇ ਤਾਂ ਬਹੁਤ ਗੰਦ ਪਿਆ ਹੋਇਆ, ਲੋਕੀ ਆਉਂਦੇ ਜਾਂਦੇ ਇਹੋ ਜਿਹੇ ਮੁੰਡੇ ਮੁੰਡੇ ਕੁੜੀਆਂ ਜੀ, ਤੇ ਇਸ ਕਰਕੇ ਕੋਈ ਪ੍ਰਸ਼ਾਸਨ ਧਿਆਨ ਦੇਵੇ ਤੇ ਇੱਥੋਂ ਸਾਨੂੰ। ਸਰ ਇਹ 112 ਦੀ ਕਾਲ ਆਈ ਸੀ ਜੀ, 112 ਦਾ ਵੀ ਆ ਅਯੁੱਧਿਆ ਮੰਦਰ ਦੇ ਵਿੱਚ ਜਿਹੜਾ ਹੈਗਾ ਰਾਮ ਮੰਦਰ ਵੀ ਕਹਿੰਦੇ ਮੇਰਾ ਖਰਾ ਜੀ, ਤੇ ਵੀ ਆਹ ਚੋਰ ਫੜਿਆ ਜੀ, ਤੇ ਕਾਲ ਆਉਣ 'ਤੇ ਅਸੀਂ ਮੌਕੇ 'ਤੇ ਪਹੁੰਚ ਗਏ ਹਾਂ ਜੀ, ਮੌਕੇ 'ਤੇ ਪਹੁੰਚ ਕੇ ਅਸੀਂ ਇਹਨੂੰ ਹੁਣ ਥਾਣੇ ਪਹੁੰਚਾ ਦਾਂਗੇ। ਆਉਣ ਵਾਲਿਆਂ ਨੇ ਆਹ ਲੇਡੀਜ਼ ਖੜੀਆਂ ਦੋ ਜੀ, ਹਾਂਜੀ, ਇਹ ਕਹਿੰਦੇ ਆ ਵੀ ਸਾਡੇ ਜਿਹੜੇ ਹੈਗੇ ਇਹ ਸਿਰ 'ਤੇ ਕਟਿਆ ਲਏ, ਤਾਂ ਹੀ ਉਹਨਾਂ ਨੂੰ ਇਹ ਹੈਗਾ ਬਈ ਕਿੰਨੀ ਲਾਹ ਕੇ ਅਤੇ ਸਾਡੇ ਗੱਲ ਨੂੰ ਪੈ ਗਿਆ, ਇੱਕ ਨਾਲ ਹੋਸ਼ ਨਹੀਂ ਹੋਈ ਇਹਦਾ ਭੱਜ ਗਿਆ।